राधे राधे गौना सिख ले वाहेगुरु वाहेगुरु गौना सिख ले अल्लाह अल्लाह गौना सिख ले राधे राधे गौना सिख ले राम 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 गौना इतना गायो मेरे ਆਏ ਸੀ ਵੱਡੇ ਬਾਈ ਪ੍ਰੋਗਰਾਮ ਤਾਂ ਚਲੋ ਵਿੱਚ ਕਰਦੇ ਰਹਿੰਦੇ ਸੀ ਅੰਦੋਲਨ ਟਾਈਮ ਵੀ ਕਰਦੇ ਰਹਿੰਦੇ ਸੀ ਪਰ ਜਿਹੜੀਆਂ ਇਸ ਤਰ੍ਹਾਂ ਦੀਆਂ ਸੁਭਾਵਾਂ ਨੇ ਇਹ ਬਹੁਤ ਜਾਣੀ ਕਰਮਾਂ ਨਾਲ ਮਿਲਦੀਆਂ ਨੇ ਹਨਾ ਇੱਕ ਹੁੰਦਾ ਕਮਰਸ਼ੀਅਲੀ ਜਿੱਦਾਂ ਰੋਜ਼ ਪ੍ਰੋਗਰਾਮ ਕਰਦੇ ਹਾਂ ਆਪਣੇ ਪਰ ਇੱਕ ਹੁੰਦਾ ਕਿ ਇਹ ਕਹਿੰਦੇ ਹੁੰਦੇ ਕਿ ਗੁਰੂ ਸਾਹਿਬ ਦੇ ਚਰਨਾਂ 'ਚ ਬੈਠ ਕੇ ਗਾਉਣਾ ਜਾਂ ਇਹ ਕਹਿ ਲਓ ਕਿ ਉਹਨਾਂ ਦੀ ਬੁੱਕਲ 'ਚ ਬਹਿ ਕੇ ਗਾਉਣਾ ਸੋ ਮਹਾਰਾਜ ਪ੍ਰਕਾਸ਼ ਸੀਗੇ ਅਤੇ ਮਹਾਂਪੁਰਸ਼ ਬੈਠੇ ਸੀ ਸੰਗਤ ਰੱਬ ਵਰਗੀ ਹੈ ਸੋ ਸਾਰੇ ਜਗੇ ਹੋਏ ਬੈਠੇ ਸੀ ਅਤੇ ਸਾਰਿਆਂ ਨੇ ਨਾਲ ਗਾਇਆ ਇਕੱਠਿਆਂ ਨੇ ਬਾਬੇ ਨਾਨਕ ਦੀ ਸਿਫਤ ਗਾਈ ਸਾਰਿਆਂ ਨੇ ਸੋ ਬਹੁਤ ਚੰਗਾ ਲੱਗਿਆ ਜੀ ਕਿਸਾਨੀ ਅੰਦੋਲਨ ਖਤਮ ਹੋਇਆ ਕੀ ਕਹਿਣਾ ਚਾਹੋਗੇ ਖਤਮ ਤਾਂ ਨਾ ਕਹੋ ਹਜੇ ਹਜੇ ਕੁਛ ਗੱਲਾਂ ਪਈਆਂ ਨੇ ਸੋ ਪਰ ਐਂ ਵੀ ਇੱਕ ਵੱਡੀ ਜਿੱਤ ਜਿਹੜੀ ਜਿਸ ਅਨਾਊਂਸਮੈਂਟ ਦੀ ਵੇਟ ਸੀ ਮੇਰੇ ਖਿਆਲ 'ਚ ਸਮੁੱਚੇ ਜਗਤ ਨੂੰ ਇੱਕ ਸਾਲ ਤੋਂ ਸੋ ਮਿਹਨਤ ਰੰਗ ਲੈ ਕੇ ਹੀ ਹੈ ਆਪਣੇ ਬਜ਼ੁਰਗਾਂ ਦੀ ਆਪਣੀਆਂ ਮਾਵਾਂ ਦੀ ਭੈਣਾਂ ਦੀ ਆਪਣੀਆਂ ਦੀ ਨੌਜਵਾਨਾਂ ਦੀ ਜਥੇਬੰਦੀਆਂ ਦੀ ਸੋ ਸਾਰਿਆਂ ਨੇ ਮੇਰੇ ਖਿਆਲ 'ਚ ਜਿੰਨੀ ਵਾਹ ਲੱਗਦੀ ਸੀ ਲਾਈ ਸਾਰਿਆਂ ਨੇ ਅਤੇ ਇੱਕ ਵੱਡੀ ਜਿੱਤ ਹੈ ਅਤੇ ਬਾਕੀ ਇਹ ਹੈ ਕਿ ਇੱਥੇ ਮਸਲਾ ਇੰਨਾ ਕਿਹਾ ਕਿ ਸਾਡੀਆਂ ਜ਼ਮੀਨਾਂ ਸਾਡੇ ਕੋਲ ਰਹਿ ਗਈਆਂ ਲੜਾਈ ਇਸ ਤੋਂ ਅੱਗੇ ਹੈ ਸੋ ਪਰ ਇਹ ਹੈ ਕਿ ਜਦੋਂ ਇਸ ਤਰ੍ਹਾਂ ਦੀ ਕੋਈ ਜਿੱਤ ਮਿਲਦੀ ਹੈ ਉਹ ਵੀ ਜਦੋਂ ਤੁਸੀਂ ਸੈਂਟਰ ਗੌਰਮੈਂਟ ਨਾਲ ਕੋਈ ਇਸ ਤਰ੍ਹਾਂ ਦੀ ਲੜਾਈ ਲੜਦੇ ਹੋ ਅਤੇ ਉਹਨਾਂ ਨੂੰ ਝੁਕਣਾ ਪੈ ਜਾਵੇ ਤਾਂ ਇੱਕ ਬੂਸਟ ਅਪ ਬਹੁਤ ਵੱਡਾ ਵੱਜਦਾ ਹੈ ਤੁਹਾਨੂੰ ਹਿੰਮਤ ਬਹੁਤ ਮਿਲਦੀ ਹੈ ਤਾਂ ਫਿਰ ਉਲਝਣ ਤਾਣੀਆਂ ਤਾਂ ਹੈ ਹੀ ਹੈ ਤੁਸੀਂ ਭਰਾ ਹੋ ਸਾਡੇ ਸਮਝਦੇ ਹੋ ਇਸ ਗੱਲ ਨੂੰ ਕਿ ਕਿੱਦਾਂ ਸਾਡੀ ਰਾਜਨੀਤੀ ਬਹੁਤ ਜਾਣੀ ਗੰਦੀ ਹੋਈ ਪਈ ਹੈ ਪੰਜਾਬੀ 'ਚ ਕਰ ਅਤੇ ਸਾਡਾ ਜਦੋਂ ਧਰਮ ਵਾਲਾ ਸਿਲਸਿਲਾ ਵੀ ਦੇਖਦੇ ਹਾਂ ਤਾਂ ਉਹ ਵੀ ਸਾਰਾ ਇਕੁਅਲ ਨਹੀਂ ਹੈਗਾ ਅਤੇ ਬਾਕੀ ਸਾਡਾ ਸੋਸ਼ਲ ਤਾਣਾ ਬਾਣਾ ਵੀ ਹੈ ਉਹਨੂੰ ਵੀ ਬਹੁਤ ਕੁਛ ਇਹ ਠੀਕ ਕਰਨ ਦੀ ਲੋੜ ਹੈ ਸੋ ਲੱਗਦਾ ਕਿ ਜੇ ਇਹ ਲੜਾਈ ਹੁਣ ਜਿੱਤ ਕੇ ਆਪਾਂ ਵਾਪਸ ਆਉਣੇ ਹਾਂ ਆਪਣੇ ਘਰਾਂ 'ਚ ਤਾਂ ਇਸ ਤੋਂ ਬਾਅਦ ਇੱਕ ਬਹੁਤ ਸੋਹਣੀ ਸ਼ੁਰੂਆਤ ਹੋ ਸਕਦੀ ਹੈ ਕਿ ਆਪਾਂ ਸਾਰੇ ਇਕੱਠੇ ਹੋ ਕੇ ਜੋ ਚੀਜ਼ਾਂ ਨਹੀਂ ਠੀਕ ਹੋ ਰਹੀਆਂ ਆਪਣੇ ਮੁਲਕ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਉਹਨਾਂ ਨੂੰ ਆਪਾਂ ਠੀਕ ਕਰੀਏ ਸਾਰੇ ਪੰਜਾਬ ਨੂੰ ਬਹੁਤ ਸਾਰੇ ਦਾਗ ਲੱਗੇ ਸੀ ਜੀ ਕੀ ਸਮਝਦੇ ਅੰਦੋਲਨ 'ਚ ਹਾਂ ਬਿਲਕੁਲ ਸਭ ਤੋਂ ਪਹਿਲਾਂ ਤਾਂ ਇਹੀ ਸੀ ਕਿ ਸਾਡੇ ਨੌਜਵਾਨ ਭਰਾਵਾਂ ਨੂੰ ਹੀ ਜਾਣੀ ਸਾਰਿਆਂ ਨੂੰ ਇੱਕੇ ਤਕੜੀ 'ਚ ਤੋਲਿਆ ਜਾਂਦਾ ਸੀ ਠੀਕ ਹੈ ਨੋ ਡਾਊਟ ਨਸ਼ਾ ਹੈ ਇਸ ਗੱਲ ਤੋਂ ਵੀ ਨਹੀਂ ਆਪਾਂ ਮੁੱਕਰ ਸਕਦੇ ਕਿ ਨਸ਼ਾ ਨਹੀਂ ਹੈ ਪਰ ਜਿਸ ਤਾਦਾਦ ਦੇ ਵਿੱਚ ਜਿਸ ਗਿਣਤੀ ਦੇ ਵਿੱਚ ਦੱਸਿਆ ਜਾਂਦਾ ਸੀ ਕਿ ਸਾਰੀ ਨੌਜਵਾਨੀ ਗਰਕ ਹੀ ਗਈ ਉਸ ਤਰ੍ਹਾਂ ਦਾ ਮਸਲਾ ਨਹੀਂ ਸੀ ਕੋਈ ਕਿਉਂਕਿ ਇਸ ਵੇਲੇ ਤੁਸੀਂ ਤਾਂ ਸਾਰਾ ਸ਼ੂਟ ਕੀਤਾ ਉਹ ਸਾਰਾ ਚੈਨਲਾਂ ਦੇ ਉੱਪਰ ਲੈ ਕੇ ਆਇਓ ਤੁਸੀਂ ਸਾਰੀ ਦੁਨੀਆ ਨੂੰ ਦਿਖਾਇਆ ਕਿ ਲੱਖਾਂ ਹੀ ਸਾਡੇ ਨੌਜਵਾਨ ਸੀ ਉਸ ਵੇਲੇ ਤੋਂ ਲੈ ਕੇ ਪਹਿਲਾਂ ਪੰਜਾਬ ਦੇ ਕੰਪੇਨ 'ਚ ਵੀ ਅਸੀਂ ਅੱਖੀਂ ਦੇਖੇ ਔਰ ਜਿਸ ਦਿਨ ਆਪਾਂ ਸਾਰੇ 26 ਨਵੰਬਰ ਨੂੰ ਇੱਥੋਂ ਪਿਛਲੇ ਸਾਲ ਦੀ ਨੂੰ ਦਿੱਲੀ ਨੂੰ ਗਏ ਹਾਂ ਤਾਂ 70% ਨੌਜਵਾਨ ਹੀ ਸੀ ਤਾਂ ਉੱਥੇ ਵੀ ਦੱਬ ਕੇ ਪੈ ਰਿਹਾ ਤਾਂ ਸਾਰਿਆਂ ਨੇ ਹੁਣ ਵੀ ਗਿਣਤੀ ਘੱਟਣੀ ਪੈਣ ਲੱਗੀ ਹੁਣ ਵੀ ਆ 26 ਵਾਲਾ ਕੱਲ੍ਹ ਵਾਲੇ ਸਮਾਗਮ 'ਚ ਤੁਸੀਂ ਦੇਖ ਲਓ ਕਿ ਨੌਜਵਾਨਾਂ ਦੀ ਵੱਡੀ ਗਿਣਤੀ ਸੋ ਬਹੁਤ ਅੱਛੀ ਗੱਲ ਹੈ ਕਿ ਨੌਜਵਾਨੀ ਨੇ ਆਪਣੇ ਆਪ ਨੂੰ ਦਿਖਾਇਆ ਕਿ ਅਸੀਂ ਹੈਗੇ ਹਾਂ ਬਸ ਰੌਲਾ ਇਹੀ ਹੈ ਕਿ ਸਬਰ ਨਾਲ ਚੱਲਣ ਦੀ ਲੋੜ ਹੈ ਹੱਥਾਂ 'ਤੇ ਸਰੋਂ ਕਦੇ ਵੀ ਨਹੀਂ ਜਪਦੀ ਕਈਆਂ ਨੂੰ ਕਾਹਲ ਵੀ ਸੀ ਇਸ ਅੰਦੋਲਨ ਨੂੰ ਲੈ ਕੇ ਕਿ ਛੇਤੀ ਜਿੱਤ ਆਹ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ
पर बुजुर्ग सी एक्सपीरियंस सी 50 सालों का तजर्बे नाल चुप करके बैठे रहे उन्होंने पता सी कि कित्थे आके की करना सो उन्होंने किया असी सारे ने सीख्या उस चीज़ तो सो आने वाली जिंदगी असी भी अप्लाई करांगे कि सबर ना सहजे सहजे जड़ियां चीज़ां लड़िया जांदियां सहजे लड़नी चाहिए प्रधानमंत्री बनेंगे देखो सिदकता ही कहता सी है ना जिस तरह का इतिहास रहा और जिस तरह सहजता ना बैठे से बुजुर्ग साढ़े तो बाकी भाई आए हैं कि जड़ियाँ अरदासा है ना ये बिरथा नहीं जाती अरदास सो किन्ने गुरु घर किन्ने मंदिर किन्निया मस्जिद जिथे हर रोज़ साढ़े लोग सुबह उस महाराज अगर अरदास करते कि लाज रखी साड़ी सातों गलतियां भी होनगियां पर उन्हें गलतियां बख्श ली तो सानू बल बख्शी कि असी सारे टुटीए ना रल मिल के क्योंकि भाई साल एक साल कहना सौखा है ना एक साल और उतो की अकोमोडेशन जो देखते हैं है ना तो लंगर प्रशादा देखते हैं है ना तो तुम सारा देखते हैं और उस तो बाद उतो दिया सर्दियाँ ठंडा भाई आप सड़क पर बैठे हैं है ना और किस तरह उत्थे सारा बांसा के घर बने पहला तंबू बने तरपाला से मीह पेंदे से तरपाला चौंदियाँ से पानी तुम सारा कैप्चर किया कि बाल्टिया पानी कड़ते सो वो सारिया चीज़ा सी